ਗੁਰੂਆਂ ਪੀਰਾਂ ਦੀ ਇਹ ਧਰਤੀ ਪੰਜਾਬ ਦਿਨ ਬ ਦਿਨ ਗੈਂਗਸਟਰਾਂ ਅਤੇ ਨਸ਼ੇੜੀਆਂ ਦੀ ਭੂਮੀ ਬਣਦਾ ਜਾ ਰਿਹਾ ਹੈ। ਥਾਣੇ 'ਚ ਨਸ਼ਾ ਕਰਦੀ ਲੜਕੀ ਦਾ ਵੀਡੀਓ ਵਾਇਰਲ। ਸੂਬੇਦਾਰ ਬਾਈ ਨੂੰ ਜੇਲ੍ਹ 'ਚੋਂ ਤਾਂ ਭਜਾ ਲਿਆ ਸੀ, ਪਰ ਦੋ ਦਿਨ ਹੋ ਗਏ ਸਾਨੂੰ ਆਪ ਨਹੀਂ ਪਤਾ ਲੱਗਦਾ ਕਿੱਧਰ ਗਿਆ। ਭਾਈ ਬੇਰਾ ਹੁੰਦਾ ਤਾਂ ਬਤਾਏ ਦਿੰਦੇ, ਆਪਣੀ ਕਿ ਕੋਈ ਦੁਸ਼ਮਣੀ ਥੋੜ੍ਹੀ ਹੈ। ਜੇ ਮੈਨੂੰ ਪਤਾ ਲੱਗਾ ਨਾ ਤੈਨੂੰ ਕੁਛ ਪਤਾ, ਤੇਰੇ ਟੱਬਰ ਦਾ ਕੁਛ ਨਹੀਂ ਪਤਾ ਲੱਗਣਾ ਪੁੱਤ। ਅਰੇਂਜਮੈਂਟ ਹੈਗਾ ਤੁਹਾਡੇ ਵਾਸਤੇ ਫੈਂਟੇ ਦਾ, ਕਰਦੇ ਫੈਂਟਾ ਪਾਰਟੀ। ਜੱਟਾਂ ਦਾ ਮੁੰਡਾ ਏਦਾਂ ਹੀ ਕਰੂ, ਲਾਸ਼ਾਂ ਪਛਾ ਦਿਆਂਗੇ ਲਾਸ਼ਾਂ, ਗੈਂਗਲੈਂਡ ਬਣੂਗਾ ਗੈਂਗਲੈਂਡ। ਇਹ ਸਾਡੇ ਰਾਹ ਨੂੰ ਤੇ ਸਾਨੂੰ ਇਹਨਾਂ ਰਾਹ ਤੇ ਤੁਰ ਲਈ ਮਜਬੂਰ ਨਾ ਕਰ, ਨਹੀਂ ਤਾਂ ਕੁਝ ਪਤਾ ਨਹੀਂ ਲੱਗਣਾ ਕਿਹਦੀ ਧੌਣ ਕਿਹਦੇ ਗੋਡਿਆਂ ਥੱਲੇ ਹੋਊ। ਹਾਏ, ਚੋਕਲੇਟ ਨਾਲ ਚਾਹ ਤੇ ਜਿਹੜੇ ਆ ਸ਼ਕਤੀਮਾਨ ਜੇ ਬਣੇ ਫਿਰਦੇ ਆ ਨਾ, ਇਹਨਾਂ ਨੂੰ ਇਹ ਦੱਸਣਾ ਹੈ ਵੀ ਮੈਲੇ ਇਤਨੇ ਚਾਕਲੇਟੀ ਕਿਉਂ ਹੈ। ਆ ਕੌਣ ਹੋ ਮਿੰਨੀ ਦਲਜੀਤ ਜਾ? ਬਾਈ ਯਾਰੇ ਲਈ ਤਾਂ ਜਾਨ ਵੀ ਵਾਰਦਾ ਨਹੀਂ, ਤੇਰੇ ਲਈ ਤਾਂ ਟੋਟੇ ਟੋਟੇ ਹੁਣ ਤਿਆਰ। ਮੈਨੂੰ ਤਾਂ ਲੱਗਦਾ ਇਹਦੇ ਕਿਸੇ ਨੇ ਉਂਗਲ ਲਾਈ। ਜੇ ਹੁਣ ਪਾਰਟੀ ਦੀ ਹਵਾ ਬਣ ਲੱਗੀ ਆ ਤੇ ਤੁਹਾਡੀ ਸਾਰਿਆਂ ਦੀ ਹਵਾ ਖਰਾਬ ਹੋ ਗਈ। ਖੜੀ ਕੁੜੀਆਂ 'ਚ ਨਾਰੇ ਤੇਰੇ ਲਾਉਣੀਆਂ ਵੇ ਵੋਟਾਂ ਵਿੱਚ ਤੂੰ ਖੜਿਆ। ਪਰ ਅਖੀਰ 'ਚ ਜਦੋਂ ਉਹਦਾ ਆਪਣਾ ਅੰਤ ਆਇਆ ਤਾਂ ਉਹਨੇ ਆਪਣੇ ਹੱਥੀਂ ਆਪਣੇ ਆਪ ਨੂੰ ਗੋਲੀ ਮਾਰ ਲਈ। ਪੰਜਾਬ ਕਿਸੇ ਦੇ ਬਾਪ ਦੀ ਜਾਗੀਰ ਨਹੀਂ।